ਹਰਵਿੰਦਰ ਸਿੰਘ ਪੂਰਾ ਨਾਮ ਹੈ ਪਰ ਦੁਨੀਆ ਕਾਲੂ ਦੇ ਨਾਮ ਤੇ ਜਾਂਦੀ ਹੈ। ਹਰਵਿੰਦਰ ਸਿੰਘ ਕਾਲੂ ਰਸੂਲ ਪੁਰੀਆ ਮੈਦਾਨ ਦੇ ਵਿੱਚ ਕਬੱਡੀ ਪਾ ਰਹੇ ਹੈ। ਚਾਰ ਜਾਫੀ ਇੱਕ ਦਿੰਦੇ ਕਹਿੰਦੇ ਬਠਿੰਡੇ ਜ਼ਿਲ੍ਹੇ ਦਾ ਮਾਣ ਪਿੱਛੋਂ ਸ਼ੀਰਾ ਆ ਹੈ ਵਰਿੰਦਰ ਦਾਉਂਦਰ ਪਿੰਡ ਦਾ ਇੱਕ ਵਰਿੰਦਰ ਕਹਿੰਦੇ ਖੇਡਾਂ ਦਾ ਬੜਾ ਮਸ਼ਹੂਰ ਫਾਈਟਰ ਰਿਹਾ ਔਰ ਦੂਸਰੇ ਪਾਸੇ ਰਸੂਲ ਪਾਸੇ ਆ ਬੜਾ ਕਬੱਡੀ ਦਾ ਲਗਾਮ ਮੁੰਡਿਆ ਬੜਿਆ ਨਹੀਂ ਜਾਂਦਾ ਜਦੋਂ ਦੂਰ ਹੋ ਗਿਆ ਹਰਿੰਦਰ ਕਾਲੂ ਰਸੂਲ ਵਾਲਾ ਮਸ਼ਹੂਰ ਹੋ ਗਿਆ। ਅਗਲੀ ਗੱਲ ਦੇਖਾਂਗੇ ਵੀ ਕੌਣ ਕਰਦਾ ਜਿਵੇਂ ਕਿ ਇੱਕ ਪਾਸੇ ਹਰਿੰਦਰ ਦੌਂਦਰ ਨੂੰ ਧਰਤੀ ਦਾ ਪਿਛਲਾ ਅੰਕ ਜਿਹੜਾ ਹਰਿੰਦਰ ਕਾਲੂ ਦੇ ਹਿੱਸੇ ਆਇਆ ਤੇ ਆ ਵੀ ਅੰਕ ਜਿਹੜਾ ਹਰਿੰਦਰ ਕਾਲੂ ਦੇ ਹਿੱਸੇ ਆ। ਲਓ ਸਾਹਮਣੇ ਕਾਲੂ ਕੌਣ ਦਾ ਕਿਤਾਬ ਹੈ ਇਹਦੇ ਰਮਾਨਾ ਵਾਲੇ ਤੋਂ 100 ਰੁਪਇਆ ਵਿਸ਼ੇਸ਼ ਤੌਰ ਤੇ ਵੀ ਸਾਰੀਆਂ ਵਸਤੇ ਤੇ ਸਤਿ ਸ੍ਰੀ ਅਕਾਲ ਦੋਸਤੋ। ਸਭ ਤੋਂ ਪਹਿਲਾਂ ਕਬੱਡੀ ਮਾਲਵੇ ਦੀ PV31 ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਆਪਾਂ ਗੱਲ ਕਰਦੇ ਹਾਂ ਮਾਂ ਖੇਡ ਕਬੱਡੀ ਦੇ ਮਸਤ ਮੌਲਾ ਰੇਡਰ ਕਾਲੂ ਰਸੂਲਪੁਰ ਦੀ। ਕਾਲੂ ਵੀਰੇ ਤੁਹਾਡਾ ਸਵਾਗਤ ਹੈ ਸਾਡੀ ਸਾਰੀ ਟੀਮ ਵੱਲੋਂ। ਸਤਿ ਸ੍ਰੀ ਅਕਾਲ ਵੀਰੇ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਕਾਲੂ ਵੀਰੇ ਤੁਹਾਡਾ ਪੱਕਾ ਨਾਮ ਕੀ ਹੈ? ਪੱਕਾ ਨਾਮ ਹਰਵਿੰਦਰ ਸਿੰਘ ਸਿੱਧੂ ਵੀਰੇ। ਵੀਰੇ ਤੁਹਾਡਾ ਨਾਮ ਕਾਲੂ ਕਿਵੇਂ ਪਿਆ? ਕਾਲੂ ਬਸ ਘਰ ਦੇ ਕਹਿਣ ਲੱਗ ਗਏ ਛੋਟੇ ਹੁੰਦੇ ਨੂੰ, ਵੈਸੇ ਯਾਰ ਦੋਸਤ ਬਸ। ਉੱਧਰੋਂ ਨਾਮ ਕਾਲੂ? ਹਾਂਜੀ। ਤੇ ਵੀਰੇ ਤੁਹਾਡਾ ਮਸਤ ਮੌਲਾ ਕਿਹਨੇ ਰੱਖਿਆ ਸੀ? ਮਸਤ ਮੌਲਾ ਪ੍ਰੋਫੈਸਰ ਮੱਖਣ ਸਿੰਘ ਨੇ। ਕਿਹੜੇ ਸਾਲ ਦੀ ਗੱਲ ਹੈ ਵੀਰੇ? 2007 ਦੇ ਵਿੱਚ। ਵੀਰੇ ਕਿਵੇਂ ਰੱਖਿਆ, ਉਹਨਾਂ ਨੇ ਕੁਝ ਦੱਸਿਆ ਤੁਹਾਨੂੰ? ਬਸ ਇਦਾਂ ਹੀ ਵੀ ਕੌਡੀਆਂ ਪਾਉਂਦਾ ਹੁੰਦਾ ਸੀ ਜ਼ਿਆਦਾ, ਬਹੁ ਕਹਿੰਦੇ ਮਸਤ ਹੋ ਕੇ ਕੌਡੀ ਪਾਈ ਜਾਂਦਾ ਬੰਦਾ ਆਪਦੀ, ਕੋਈ ਜੱਫੇ ਦਾ ਨਹੀਂ। ਇਹ ਗੱਲ ਸ਼ੱਕ ਵੀ ਕੋਈ ਨਹੀਂ ਹੈ ਵੀ ਕਾਲੂ ਇੱਕ ਮਸਤ ਬੰਦਾ। ਕਾਲੂ ਨੂੰ ਅੱਜ ਪਹਿਲੀ ਵਾਰ ਮਿਲੇ ਸੀ ਵੀਰੇ ਤੁਹਾਨੂੰ, ਤੇ ਤੁਸੀਂ ਬਹੁਤ ਵਧੀਆ ਮਿਲੇ। ਤੁਹਾਡੇ ਕੋਲ ਫੋਟੋ ਵਾਲੇ ਵੀ ਬਹੁਤ ਆਏ ਸੀ, ਹਰ ਕਿਸੇ ਨੇ ਹੱਸ ਕੇ ਤੁਸੀਂ ਫੋਟੋ ਖਿਚਾਉਂਦੇ ਸੀ। ਇਹੀ ਆ ਵੀਰੇ, ਇੱਥੇ ਕੀ ਲੈ ਜਾਣਾ ਹੋਰ। ਹਾਂ ਵੀਰੇ, ਇਹ ਗੱਲ ਤਾਂ ਹੈ। ਕੱਲ ਵੀਰੇ ਤੁਹਾਡਾ ਜਨਮ ਕਦੋਂ ਤੇ ਕਿੱਥੇ ਹੋਇਆ? ਜਨਮ ਮੇਰਾ ਵੀਰੇ 1 ਅਕਤੂਬਰ 13 ਨੂੰ 85 ਚ 1985 ਚ ਪਿੰਡ ਰਸੂਲਪੁਰ। ਜ਼ਿਲ੍ਹਾ ਕਿਹੜਾ ਪੈਂਦਾ ਵੀਰੇ? ਲੁਧਿਆਣਾ ਜ਼ਿਲ੍ਹਾ ਭਰਾ। ਜ਼ਿਲ੍ਹਾ ਲੁਧਿਆਣਾ, ਹਾਂਜੀ। ਤੇ ਵੀਰੇ ਪਰਿਵਾਰ ਦੇ ਵਿੱਚ ਕੌਣ ਕੌਣ ਆ? ਪਰਿਵਾਰ ਦੇ ਵਿੱਚ ਮੰਮੀ, ਡੈਡੀ ਤੇ ਸਿਸਟਰ। ਫਾਦਰ ਸਾਹਿਬ ਦਾ ਨਾਮ ਵੀਰੇ? ਫਾਦਰ ਸਾਹਿਬ ਜਰਨੈਲ ਸਿੰਘ। ਕੰਮ ਕੀ ਕਰਦੇ ਨੇ ਉਹ? ਕੰਮ ਖੇਤੀਬਾੜੀ ਵੀਰੇ। ਖੇਤੀਬਾੜੀ, ਹਾਂਜੀ। ਵੀਰੇ ਤੁਹਾਡੀ ਪੜ੍ਹਾਈ ਕਿੰਨੀ ਆ? ਪੜ੍ਹਾਈ ਪਲੱਸ 2 ਵੀਰੇ। ਪਲੱਸ 2 ਵਿੱਚ ਹਟਣ ਦਾ ਕਾਰਨ ਬਈ? ਬਸ ਕਬੱਡੀ ਖੇਡਣ ਲੱਗ ਗਏ, ਫਿਰ ਤੁਹਾਨੂੰ ਪਤਾ ਹੀ ਆ ਪੇਪਰ ਉੱਪਰ ਦਿੱਤੇ ਨਹੀਂ ਗਏ। ਠੀਕ ਹੈ, ਬਸ ਆਈ ਹਟ ਗਏ। ਕਬੱਡੀ ਦਾ ਚਸਕਾ ਜ਼ਿਆਦਾ ਸੀ ਮਤਲਬ? ਹਾਂ ਵੀਰੇ। ਕਿਹੜੇ ਸਾਲ ਦੇ ਵਿੱਚ ਕਬੱਡੀ ਦੇ ਵਿੱਚ ਆਉਣਾ ਹੋਇਆ ਸੀ ਤੁਹਾਡਾ? ਮੇਰਾ ਵੀਰੇ 98 ਚ। 1998 96 ਚ ਮੈਂ, ਹਾਂ 45 ਕਿੱਲੋ 44 ਕਿੱਲੋ ਖੇਡਣ ਲੱਗ ਗਿਆ। ਠੀਕ, ਪਹਿਲੀ ਵਾਰ 44 ਕਿੱਲੋ ਦੇ ਮੈਚ ਖੇਡੇ? 44-45 ਦੇ, ਹਾਂਜੀ। ਵੀਰੇ ਕਿਵੇਂ ਆਉਣਾ ਹੋਇਆ ਸੀਗਾ? ਬਸ ਸਕੂਲ 'ਚ ਖੇਡਦੇ ਹੁੰਦੇ ਸੀ। ਠੀਕ ਹੈ, ਹਾਂਜੀ। ਸਕੂਲ ਤੋਂ ਬਸ ਨੈਸ਼ਨਲ ਸਟਾਈਲ ਖੇਡਦੇ, ਸਰਕਲ ਸਟਾਈਲ ਖੇਡਣ ਲੱਗ ਗਏ ਤੇ ਬਸ ਇਦਾਂ ਹੀ ਆ ਗਿਆ ਵਿੱਚ ਵੀਰੇ ਕਬੱਡੀ 'ਚ। ਵੀ ਕਿਸੇ ਦਾ ਐਂ ਹੋਵੇ ਵੀ ਕੋਈ ਬੰਦੇ ਨੇ ਧੱਕੇ ਨਾਲ ਲਾਇਆ ਹੁੰਦਾ ਕਈ ਵਾਰੀ, ਹੈ ਨਾ? ਨਾ ਨਾ, ਜਾਂ ਫੈਮਿਲੀ ਦਾ ਐਂ ਹੁੰਦਾ ਵੀ ਆ ਖੇਡ ਕੇ ਦੇਖ? ਨਹੀਂ ਨਹੀਂ, ਆਪੇ ਹੀ ਬਸ ਸਕੂਲੋਂ ਹੀ ਆਪ ਨੂੰ ਚੱਸ ਸੀ। ਹਾਂ, ਪਹਿਲੀ ਵਾਰ ਵੀਰੇ 44 ਕਿੱਲੋ ਖੇਡੇ, ਉਦੋਂ ਬਾਅਦ ਕਿਹੜੇ ਕਿਹੜੇ ਵਜਨ ਖੇਡੇ? ਫਿਰ 50 ਕਿੱਲੋ 57-62 ਠੀਕ ਓਪਨ 62 ਤੋਂ ਬਾਅਦ ਸਿੱਧੀ ਓਪਨ, ਹਾਂਜੀ। ਕਿਹੜੀਆਂ ਕਿਹੜੀਆਂ ਟੀਮਾਂ ਦੇ ਲਈ ਖੇਡਿਆ ਵੀਰੇ? ਮੈਂ ਇੱਥੇ ਰਸੂਲਪੁਰ ਦੀ ਟੀਮ ਵੱਲੋਂ ਜ਼ਿਆਦਾ ਖੇਡਿਆ। ਠੀਕ ਹੈ, ਅਤੇ ਕਲੱਬਾਂ 'ਚ ਮੈਂ ਹਰਜੀਤ ਤਲਵਾਰ ਕਲੱਬ ਜਗਰਾਉਂ ਵੱਲੋਂ ਖੇਡਿਆ। ਵੀਰੇ ਸਟਾਰਟਿੰਗ ਤੋਂ ਲੈ ਕੇ ਕਿਹੜੇ ਕਿਹੜੇ ਪਲੇਅਰ ਤੁਹਾਡੇ ਪਿੰਡ ਦੇ ਹੋਏ ਨੇ ਵੀ ਤੁਹਾਡੇ ਨਾਲ ਖੇਡਣ ਤੋਂ? ਮੇਰੇ ਨਾਲ ਸੀਰਾ, ਮੋਹਣੀ, ਪਿੰਦੂ, ਦਲਜੀਤ, ਕਾਂਤਾ, ਠੀਕ ਹੈ, ਕੱਦੂ, ਜਗਸੀਰ। ਕੱਦੂ ਰਸੂਲਪੁਰ ਕਾਫੀ ਵੱਡੇ ਨਾਮ ਹੈ ਨਾ? ਕੱਦੂ ਨਹੀਂ, ਛੋਟੇ ਮੇਰੇ ਤੋਂ ਵੈਸੇ। ਠੀਕ ਹੈ ਵੀਰੇ, ਉਦੋਂ ਦੀ ਬਹੁਤ ਟਾਈਮ ਦੇ ਖੇਡਦੇ ਨਾਲ ਹੀ। ਠੀਕ ਹੈ, ਹਾਂਜੀ। ਤੇ ਬਾਈ ਕਿੰਨੇ ਸਾਲ ਹੋ ਗਏ ਤੁਹਾਨੂੰ ਖੇਡਦੇ ਨੂੰ? ਮੈਨੂੰ ਦੇਖ ਲਾ ਵੀਰੇ, 98 ਤੋਂ ਲੈ ਕੇ ਬਾਈ ਹੋ ਗਏ, 22 ਸਾਲ ਹੋ ਗਏ। 22 ਸਾਲ ਹੋ ਗਿਆ, ਅੱਜ 2020 ਚੱਲਦਾ, ਹਾਂਜੀ। 22 ਸਾਲਾਂ ਦੇ ਵਿੱਚ ਕਬੱਡੀ ਦੇ ਵਿੱਚ ਤੁਸੀਂ ਉਵੇਂ ਹੀ ਆਉਂਦੇ ਹੈ ਨਾ ਖੇਡਦੇ, ਕਦੇ ਵੀ ਕੋਈ ਹੰਕਾਰ ਵਾਲੀ ਗੱਲ ਨਹੀਂ ਦੇਖੀ ਤੁਹਾਡੇ 'ਚ? ਕਿਰਪਾ, ਮੈਚ ਹੀ ਦੇਖਿਆ ਮੈਂ ਤਾਂ ਤੁਹਾਡੇ। ਕਿਰਪਾ ਵਾਹਿਗੁਰੂ ਦੀ ਵੀਰੇ। ਠੀਕ ਹੈ ਵੀਰੇ, ਹਾਂਜੀ। ਤੇ ਬਾਈ ਪਿੰਡ ਦੇ ਕਿਸੇ ਬੰਦੇ ਦਾ ਹੋਰ ਦਾ ਕੋਈ ਪਲੇਅਰ ਹੁੰਦਾ ਜਿਹੜਾ ਸਟਾਰਟਿੰਗ ਤੋਂ ਖੇਡਦਾ ਹੁੰਦਾ ਗਾ ਇਹਨਾਂ ਤੋਂ ਬਿਨਾਂ, ਜਾਂ ਬਾਹਰ ਦੇ ਤੁਹਾਡੇ ਪਿੰਡ 'ਚ ਖੇਡੇ ਹੋਣ? ਬਾਹਰਲੇ ਪਹਿਲਾਂ ਮਿਹਣੇ ਵਾਲਾ ਕਾਲਾ ਖੇਡਿਆ ਸਾਡੇ ਨਾਲ ਬਹੁਤ ਟਾਈਮ, ਜੰਡੀ ਵਾਲਾ ਕਾਲਾ ਖੇਡਿਆ ਬਹੁਤ ਟਾਈਮ। ਠੀਕ ਹੈ ਵੀਰੇ, ਜੰਡੀ ਵਾਲਾ ਕਾਲਾ ਸਟਾਪਰ, ਮਿਹਣੇ ਵਾਲਾ ਕਾਲਾ ਰੇਡਰ। ਠੀਕ ਹੈ, ਸੋ ਸਟਾਰਟਿੰਗ ਕੀਤੀ ਮੈਂ ਉਸ ਤੋਂ ਖੇਡੇ ਮੇਰੇ ਨਾਲ। ਉਦੋਂ ਭਾਈ ਨਰੋਲ ਹੁੰਦੀ ਸੀ ਜਾਂ ਬਾਹਰੋਂ ਹੁੰਦੀ ਸੀ? ਇੱਕ ਬਾਹਰੋਂ ਹੁੰਦਾ ਸੀ, ਇੱਕ ਬਾਹਰੋਂ ਹੁੰਦਾ ਸੀਗਾ। ਉਸਤਾਦ ਕਿਹਨੂੰ ਮੰਨਦੇ ਹੋ ਬਾਈ ਤੁਸੀਂ? ਉਸਤਾਦ ਤਾਂ ਫਿਰ ਜੋ ਮੈਂ ਚੈਨੇ ਦੀ ਟੀਮ 'ਚ ਗਿਆ, ਉਹ 'ਚ ਫਿਰ ਗੱਗੀ ਬਾਈ, ਗੁਲਜ਼ਾਰ ਬਾਈ, ਚੈਨਾ ਬਾਈ, ਗੁੱਕ ਬਾਈ, ਠੀਕ ਹੈ, ਸਾਰੇ ਹੀ ਹੁੰਦੇ ਸੀ ਫਿਰ, ਸਾਰੇ ਉਸਤਾਦ ਹੀ ਸੀ। ਠੀਕ, ਮਤਲਬ ਕਿ ਤੁਸੀਂ ਛੋਟੇ ਹੁੰਦੇ ਸੀ ਉਹਨਾਂ 'ਚ? ਹਾਂ, ਉਹਨਾਂ ਦਾ ਛੋਟਾ ਹੁੰਦਾ ਸੀ। ਤੇ ਪਸੰਦੀਦਾ ਰੇਡਰ ਕਿਹੜਾ ਕਾਲੂ ਰਸੂਲਪੁਰ ਦਾ? ਪਸੰਦੀਦਾ ਰੇਡਰ ਕੀਪਾ ਵਧਣੀ ਵਾਲਾ ਅਜਮੇਰ ਜਲਾਲ। ਠੀਕ ਹੈ ਬਾਈ, ਵੀ ਉਹਨਾਂ ਦੀ ਕੋਈ ਖਾਸੀਅਤ ਤੁਹਾਨੂੰ ਪਤਾ ਹੋਵੇ ਵੀ ਆਹ ਗੱਲੋਂ ਮੈਂ ਉਹਨਾਂ ਨੂੰ ਪਸੰਦ ਵੱਧ ਕਰ? ਬਹੁਤ ਵਧੀਆ ਸਾਫ਼ ਕਬੱਡੀ ਖੇਡਦੇ ਸੀ। ਠੀਕ ਹੈ, ਕੀਪਾ ਬਹੁਤ ਸਾਫ਼ ਕਬੱਡੀ ਖੇਡਦਾ ਸੀ ਤੇ ਅਜਮੇਰ ਦੇ ਬਹੁਤ ਟੱਚ ਵਧੀਆ ਸੀਗੇ। ਠੀਕ ਹੈ ਬਾਈ, ਹਾਂਜੀ। ਤੇ ਜਾਫੀ ਕਿਹੜਾ ਸੀ ਬਾਈ? ਜਾਫੀ ਕੱਦੂ ਰਸੂਲਪੁਰ ਹੋਣਾ। ਠੀਕ ਹੈ, ਆਪਣੇ ਪਸੰਦੀਦਾ ਜਾਫੀ, ਪਹਿਲਾਂ ਪੱਪੂ ਚੂੜ ਚੱਕ। ਠੀਕ ਹੈ, ਪੱਪੂ ਚੂੜ ਚੱਕ ਬਾਰੇ ਥੋੜ੍ਹਾ ਦੱਸੋਗੇ? ਪੱਪੂ ਚੂੜ ਚੱਕ ਵਧੀਆ ਮਿੱਤਰ ਆਪਣਾ। ਠੀਕ ਹੈ, ਤੇ ਮੈਚ ਖੇਡਿਆ ਮੇਰੇ ਨਾਲ 2008-09 ਚ ਬਹੁਤ ਮੈਚ ਇਕੱਠੇ ਖੇਡੇ। ਠੀਕ ਹੈ ਬਾਈ,
ਬਾਕੀ ਉਹਦੇ ਬਾਰੇ ਸਾਰੇ ਜਾਣਦੇ ਹੀ ਆ, ਦੱਸਣ ਦੀ ਲੋੜ ਨਹੀਂ ਹੈ ਨਾ ਉਹਦੇ ਬਾਰੇ ਦਾ ਕੁਛ। ਤੇ ਕੱਦੂ ਰਸੂਲਪੁਰ ਬਾਰੇ, ਤੇ ਕੱਦੂ ਦਾ ਭਰਾ ਆਪਣਾ ਛੋਟਾ, ਠੀਕ ਹੈ ਬਾਈ, ਤੇ ਉਹਦੇ ਬਾਰੇ ਵੀ ਹੁਣ ਸਾਰਿਆਂ ਨੂੰ ਤਕਰੀਬਨ ਪਤਾ ਹੀ ਆ। ਉਹਨਾਂ ਦਾ ਮੇਨ ਦਾ ਕਿਹੜਾ ਵੀਰੇ? ਕੱਦੂ ਦਾ, ਕੱਦੂ ਦੇ ਦਾ ਬਹੁਤ ਆ, ਠੀਕ ਹੈ, ਕੋਈ ਕੁਛ ਵੀ ਕਰ ਸਕਦਾ, ਕੋਈ ਪਤਾ ਨਹੀਂ, ਕੋਈ ਪਤਾ ਨਹੀਂ ਉਹਦਾ। ਤੇ ਕਾਲੂ ਦਾ ਕਿਹੜਾ ਦਾ ਹੈਗਾ ਮੇਨ ਵੀ? ਆਹ ਟੱਚ ਹੀ ਮਾਰਨਾ ਹੈਗਾ ਕਾਲੂ ਨੇ ਵੱਧ? ਮੈਂ ਬਸ ਵਧੀਆ ਪਹਿਲਾਂ ਤੇਜ਼ ਟੱਚ ਮਾਰਦਾ ਹੁੰਦਾ ਸੀਗਾ, ਵੀ ਠੀਕ ਆ ਸਫਾਈ ਜੀ ਨਾਲ ਟੱਚ ਮਾਰਨਾ, ਠੀਕ ਹੈ ਇਹੀ। ਹਾਂ ਤੇ ਭਾਈ ਸਨਮਾਨ ਅੱਜ ਤੱਕ? ਸਨਮਾਨਿਤ ਵੀਰੇ ਜਿੱਦਾਂ ਬੋਲਟ ਮੋਟਰਸਾਈਕਲ, ਸਕੋਰਪੀਓ ਗੱਡੀ ਤੇ ਹੋਰ ਵਾਹਵਾ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਆਪਣੇ ਭਰਾਵਾਂ ਨੇ, ਠੀਕ ਹੈ, ਤੇ ਬਾਕੀ ਜਿਹੜੇ ਦਰਸ਼ਕ ਆ ਉਹਨਾਂ ਦੀਆਂ ਤਾੜੀਆਂ ਆਪਣੇ ਲਈ ਸਭ ਤੋਂ ਵੱਡਾ ਸਨਮਾਨ ਆ ਹਨਾ, ਜੋ ਗਰਾਊਂਡ 'ਚ ਜਾਈਦਾ, ਠੀਕ ਹੈ। ਹਾਂ ਉਹ ਤੋਂ ਵੱਧ ਤਾਂ એનર્ਜੀ ਨਹੀਂ ਕਿਤੇ ਮਿਲਦੀ ਵੀਰੇ, ਬਸ ਉਹੀ ਸਨਮਾਨ ਆ ਵੱਡਾ ਵੀਰੇ। ਤੇ ਬਾਈ ਬੁਲਟ ਮੋਟਰਸਾਈਕਲ ਕਿੰਨਾ ਨੇ ਦਿੱਤਾ ਸੀ? ਇਹ ਦਿੱਤਾ ਜੀ ਮੇਜਰ ਹੋਣਾ ਨੇ, ਮੇਜਰ ਕਰਮਪਾਲ ਸਿੱਧੂ, ਠੀਕ ਹੈ, ਉਹਨਾਂ ਨੇ 2008 'ਚ। ਮੇਜਰ ਪਲੂਰ? ਮੇਜਰ ਪਲੂਰ। ਤੇ ਸਕੋਰਪੀਓ ਗੱਡੀ ਵੀਰੇ? ਹਾਂ ਇਹ ਵੀ ਉਹਨਾਂ ਨੇ, ਕਰਮਪਾਲ ਸਿੱਧੂ ਨੇ, ਮੇਜਰ ਪਲੂਰ ਨੇ, ਠੀਕ ਹੈ, 10 'ਚ ਇਹ 10 ਦੇ ਵਿੱਚ। ਅੱਜ ਤੱਕ ਜਿੱਤੇ ਹੋਏ ਨਾਮ ਬਾਈ? ਜਿੱਤੇ ਹੋਏ ਨਾਮ ਜਿੱਦਾਂ ਹੁਣੇ 18-20 ਨਾਮ ਜਿੱਤੇ ਹੋਣੇ, ਠੀਕ ਹੈ। ਹਾਂਜੀ ਮੋਟਰਸਾਈਕਲ ਤੇ ਇਹ ਤੋਂ ਬਿਨਾਂ ਹੋਰ ਬਾਈ ਜਿੱਤੇ? ਇੱਕ ਦੋ ਜਿੱਦਾਂ ਘੋੜੀਆਂ ਜਿੱਤੇ ਬਸ, ਠੀਕ ਹੈ ਵੀਰੇ। ਹਾਂਜੀ ਦੋ ਘੋੜੀਆਂ ਹੋ ਗਈਆਂ। ਹਾਂ ਤੇ ਬਾਈ ਵਿਦੇਸ਼ੀ ਧਰਤੀ ਤੇ ਕਿੱਥੇ ਕਿੱਥੇ ਖੇਡੇ ਤੁਸੀਂ? ਇੰਗਲੈਂਡ, ਕੈਨੇਡਾ, ਅਮਰੀਕਾ, ਠੀਕ ਹੈ, ਸਾਰੀ ਖੇਡਿਆ। ਹਾਂ ਵੀਰੇ ਇਹਨਾਂ ਦਾ ਸਭ ਤੋਂ ਪਹਿਲੀਆਂ 'ਚ ਕਿਹੜੇ ਸਾਲ ਦੇ ਵਿੱਚ ਕਿੱਥੇ ਖੇਡਣ ਦਾ ਮੌਕਾ? ਮੈਂ 2006 ਦੇ ਵਿੱਚ ਵੀਰੇ ਇੰਗਲੈਂਡ ਗਿਆ ਸਭ ਤੋਂ ਪਹਿਲਾਂ, ਠੀਕ ਹੈ। ਹਾਂਜੀ ਕਿਹੜੇ ਪ੍ਰਮੋਟਰ ਦੀ ਬਦੌਲਤ ਵੀਰੇ? ਉਦੋਂ ਗਏ ਸੀਗੇ ਸੱਤਾ ਮਠੱਡਾ, ਜਰਨੈਲ 62 ਮਜਾਰਾ। ਉਸ ਤੋਂ ਬਾਅਦ ਕਿੱਥੇ ਖੇਡੇ ਸੀ ਦੂਜੇ? ਉਸ ਤੋਂ ਬਾਅਦ ਕੈਨੇਡਾ 7 'ਚ, ਕਰਮਪਾਲ ਸਿੱਧੂ, ਠੀਕ ਹੈ, ਮੇਜਰ ਭਲੂਰ ਇਹਨਾਂ ਦੀ ਟੀਮ ਨੂੰ। ਇਹ 8 ਦੇ ਵਿੱਚ? 8 'ਚ ਵੀ ਇਹਨਾਂ ਨੂੰ, ਫਿਰ ਮੈਂ ਕੈਨੇਡਾ ਇਹਨਾਂ ਦੀ ਟੀਮ ਵੱਲੋਂ ਹੀ ਖੇਡਿਆ ਸਾਰੇ। ਹਾਂਜੀ ਤੇ ਅਕੈਡਮੀਆਂ ਦੇ ਵਿੱਚ ਕਿਹੜੀਆਂ ਕਿਹੜੀਆਂ 'ਚ ਖੇਡਿਆ ਵੀਰੇ? ਇੱਥੇ ਬਸ ਹਰਜੀਤ ਤਲਵਾਰ ਕਲੱਬ 'ਚ ਗਰਾਊਂਡ 'ਚੋਂ ਖੇਡੇ ਵੀਰੇ। ਅੱਛਾ, ਹੋਰ ਨਹੀਂ ਖੇਡਿਆ। ਇੱਕ ਵਾਰੀ ਮੋਗਾ ਕਬੱਡੀ ਕਲੱਬ ਮਾਲਵਾ 'ਚ ਖੇਡੇ ਮੈਚ, ਠੀਕ ਹੈ, ਉਹਨਾਂ 'ਚ ਖੇਡੇ। ਪਿਛਲੇ ਸਾਲ ਸੁਰਖਪੁਰ 'ਚ ਖੇਡੇ, ਠੀਕ ਹੈ। ਬਸ ਕਿਹੜੇ ਕਿਹੜੇ ਪਲੇਅਰ ਹੁੰਦੇ ਸੀ ਤੁਹਾਡੇ ਨਾਲ ਜਿਹਨਾਂ ਨਾਲ ਤੁਸੀਂ ਅਕੈਡਮੀਆਂ ਦੇ ਮੈਚ ਖੇਡ ਚੁੱਕੇ ਅੱਜ ਤੱਕ? ਕੀਪੇ, ਕੀਪਾ ਅਜਮੇਰ, ਗੁਲਜ਼ਾਰ ਸਿੱਧਮਾ, ਗੱਗੀ ਲੋਪੋ, ਠੀਕ ਹੈ, ਅਜਮੇਰ, ਗੁੱਕ ਸ਼ੇਰਪੁਰ, ਪੱਪੂ ਚੂੜਚੱਕ, ਇਹਨਾਂ ਸਾਰਿਆਂ ਨਾਲ ਖੇਡੇ ਮੈਚ। ਹਾਂ ਵੀਰੇ ਮਤਲਬ ਕਿ ਸਾਰੇ ਟੌਪ ਟੌਪ ਖੇਡ ਚੁੱਕੇ ਹੋ? ਹਾਂਜੀ ਹਾਂਜੀ। ਤੇ ਵੀਰੇ ਯਾਦਗਾਰੀ ਮੈਚ ਕੋਈ? ਯਾਦਗਾਰੀ ਮੈਚ ਵੀਰੇ ਪਹਿਲਾਂ ਆਪਣਾ ਪੱਪੂ ਦੇ ਪਿੰਡ ਹੀ ਲੱਗਿਆ ਸੀ ਚੂੜਚੱਕ, ਤੇ ਉਦੋਂ ਪੱਪੂ ਉਹਨਾਂ ਨੂੰ ਹਰਾਇਆ ਸੀ, ਠੀਕ ਹੈ, ਤੇ ਉਹਨਾਂ ਨੂੰ ਹਰਾਉਣਾ ਬਹੁਤ ਵੱਡੀ ਗੱਲ ਸੀ, ਸਹੀ ਗੱਲ ਹੈ, ਤੇ ਉਹ ਫਿਰ ਯਾਦਗਾਰੀ ਮੈਚ ਆਪਣਾ, ਉਦੋਂ ਹੌਸਲਾ ਵੀ ਬਹੁਤ, ਹੌਸਲਾ ਵਧਿਆ। ਹਾਂਜੀ ਫਿਰ ਹੀ ਤਕੜੇ ਹੋਏ ਉਦੋਂ ਬਾਅਦ, ਠੀਕ ਹੈ। ਤੇ ਬਾਈ ਉਦੋਂ ਕਿਹੜੇ ਕਿਹੜੇ ਸੀ ਪੱਪੂ ਦੇ ਨਾਲ ਹੋਰ ਜਾਫੀ? ਪੱਪੂ ਦੇ ਨਾਲ, ਪੱਪੂ ਦੇ ਪਿੰਡ ਦੇ ਜਾਫੀ ਸੀ, ਤੇ ਰੇਡਰ ਸੀਗਾ ਬੋਪਾਰਾਂ ਵਾਲਾ ਸੀਰਾ, ਇੱਕ ਹੀ ਬੰਦਾ ਬਾਹਰੋਂ ਸੀਗਾ, ਮੇਰਾ ਨਾਂ ਸੀਗਾ ਕਾਲਾ ਜੰਡੀ ਵਾਲਾ, ਕਾਲਾ ਜੰਡੀ। ਹਾਂਜੀ ਤੇ ਬਾਈ ਵਜਨ ਤੁਸੀਂ ਦੱਸਿਆ ਨਾ ਵੀ ਮੈਂ 45 ਤੋਂ ਲੈ ਕੇ ਓਪਨ ਤੱਕ ਖੇਡਾਂਗਾ? ਹਾਂਜੀ ਵੀਰੇ। ਤੇ ਮਿਹਨਤ ਕਿਹੜੀ ਤੁਹਾਡੀ? ਮਿਹਨਤ ਕਬੱਡੀ ਖੇਡੀ ਬਹੁਤ ਜ਼ਿਆਦਾ, ਠੀਕ ਹੈ, ਤੇ ਜਿੰਮ ਲਾਉਂਦੇ ਸੀ ਨਾਲ ਕਬੱਡੀ ਖੇਡਦੇ, ਠੀਕ ਹੈ, ਸਟਾਰਟਿੰਗ ਤੋਂ ਲੈ ਸਟਾਰਟਿੰਗ ਤੋਂ ਕਬੱਡੀ ਬਹੁਤ ਖੇਡੇ ਵੀਰੇ। ਨੈਸ਼ਨਲ ਕਿੰਨੇ ਸਾਲ ਖੇਡੇ ਤੁਸੀਂ? ਨੈਸ਼ਨਲ ਤਾਂ ਸਕੂਲ ਟਾਈਮ ਹੀ ਖੇਡਿਆ, ਉਸ ਤੋਂ ਬਾਅਦ ਨਹੀਂ, ਬਸ ਉਸ ਤੋਂ ਬਾਅਦ ਨਹੀਂ ਖੇਡੇ। ਨੈਸ਼ਨਲ ਤੇ ਦੂਜੀ ਕਬੱਡੀ 'ਚ ਕੋਈ ਫਰਕ ਲੱਗਦਾ ਵੀਰੇ? ਬਹੁਤ ਸਾਰੇ ਪਲੇਅਰਾਂ ਦਾ ਮੰਨਣਾ ਵੀ ਨੈਸ਼ਨਲ ਨਾਲ ਬੰਦਾ ਬਹੁਤ ਤਕੜਾ ਹੁੰਦਾ। ਹਾਂ ਨੈਸ਼ਨਲ ਨਾਲ ਬੰਦੇ 'ਚ ਜਿਵੇਂ ਫੁਰਤੀ ਫੁਰਤੀ ਜ਼ਿਆਦਾ ਆਉਂਦੀ ਹੈ ਨਾ। ਹਾਂ ਬਾਈ, ਅਤੇ ਪੰਜਾਬ ਸਟਾਈਲ ਵੀ ਠੀਕ ਆ, ਹੁਣ ਪੰਜਾਬ ਸਟਾਈਲ ਵਧੀਆ ਲੱਗਦੀ ਨੈਸ਼ਨਲ ਸਟਾਈਲ ਨੂੰ, ਠੀਕ ਹੈ ਬਾਈ। ਪੰਜਾਬ ਸਟਾਈਲ 'ਚ ਤਾਂ ਕਾਲੂ ਦਾ ਨਾਮ ਬਹੁਤ ਵੱਡਾ ਹੈ ਨਾ, ਕਿਰਪਾ ਵਾਹਿਗੁਰੂ ਦੀ ਬਾਬਾ, ਪਰਮਾਤਮਾ ਨੇ ਬਹੁਤ ਉੱਪਰ ਹੈਗਾ। ਹਾਂਜੀ ਕਾਲੂ ਬਾਈ, ਖੁਰਾਕ ਕਿਹੜੀ ਸੀ ਤੁਹਾਡੀ ਸਟਾਰਟਿੰਗ ਤੋਂ ਲੈ ਕੇ ਅਤੇ ਹੁਣ ਕਿਹੜੀ ਹੈਗੀ ਖੁਰਾਕ? ਵੀਰੇ ਆਪਣਾ ਦੇਸੀ ਖੁਰਾਕ ਹੀ, ਬਸ ਦੁੱਧ ਖਿਓ, ਠੀਕ ਹੈ, ਲੱਸੀ, ਛੋਲੇ, ਬਦਾਮਾਂ ਦਾ ਘੋਟਾ, ਠੀਕ ਹੈ, ਬਸ ਇੱਦਾਂ ਦੀਆਂ ਖੁਰਾਕਾਂ। ਤੇ ਮੀਟ ਵਗੈਰਾ? ਹਾਂ ਚਿਕਨ ਚੁਕਨ ਖਾ ਲੈਂਦੇ ਵੀਰੇ, ਸਾਰੀ ਘਰ ਦੀ ਖੁਰਾਕ ਕਹਿ ਸਕਦੇ? ਹਾਂ ਘਰ ਦੀ ਖੁਰਾਕ ਬਸ। ਕਾਲੂ ਅੱਜ ਤੱਕ ਸਹਿਯੋਗ ਬਾਈ ਕਿਹਦਾ ਕਿਹਦਾ ਮਿਲਿਆ ਕੋਈ? ਸਹਿਯੋਗ ਜਿਵੇਂ ਪਿੰਡ ਦੇ ਸਾਰੇ ਪਿੰਡ ਦਾ ਸਹਿਯੋਗ ਮਿਲਿਆ ਮੈਨੂੰ, ਸਾਰਾ ਪਿੰਡ ਆਪਣੇ 'ਤੇ ਬਹੁਤ ਮਾਣ ਕਰਦਾ, ਠੀਕ ਹੈ। ਹਾਂਜੀ ਮਤਲਬ ਕਿ ਜੇ ਕਹਿ ਲਈਏ ਤਾਂ ਸਟਾਰਟਿੰਗ ਤੋਂ ਲੈ ਕੇ ਸਹਿਯੋਗ ਹੈ? ਹਾਂਜੀ ਸਟਾਰਟਿੰਗ, ਪਰਿਵਾਰ ਦਾ ਵੀਰੇ? ਪਰਿਵਾਰ ਦਾ ਵੀ, ਪਿੰਡ ਦਾ ਵੀ, ਸਾਰੇ ਦਾ ਵੀਰੇ ਬਹੁਤ ਸਹਿਯੋਗ ਆਪਣਾ। ਕਾਲੂ ਤੂੰ ਹੁਣ ਤਾਂ ਏਰੀਏ ਦਾ ਹੀ ਸਹਿਯੋਗ ਆ ਸਾਰੇ ਦਾ ਆਪਾਂ ਨੂੰ, ਠੀਕ ਹੈ ਵੀਰੇ। ਹਾਂਜੀ ਵੀਰੇ ਤੂੰ ਬਾਈ ਫੋਰਨ 'ਚ ਵੀ ਖੇਡਾਂ ਬਾਹਰਲੀਆਂ ਕੰਟਰੀਆਂ 'ਚ ਨਾ, ਪੰਜਾਬ 'ਚ ਤਾਂ ਤੂੰ ਹਰੇਕ ਮਾਝਾ ਮਾਲਵਾ ਦੁਆਬਾ 'ਚ ਖੇਡਿਆ, ਤੁਹਾਨੂੰ ਕਿਹੜੀ ਕਬੱਡੀ ਖੇਡਣੀ ਵਧੀਆ ਲੱਗਦੀ ਹੈ, ਮਾਝਾ ਮਾਲਵਾ ਜਾਂ ਦੁਆਬੇ ਦੀ? ਸਾਰੀ ਕੋਈ ਵਧੀਆ ਲੱਗਦੀ ਆ, ਪੰਜਾਬ ਸਟਾਈਲ ਕਬੱਡੀ ਕਿਤੇ ਵੀ ਹੋਵੇ ਆਪਾਂ ਨੂੰ ਵਧੀਆ ਹੀ ਲੱਗਦੀ ਭਰਾ, ਠੀਕ ਹੈ। ਹਾਂਜੀ ਕਾਲੂ ਨੂੰ ਵਿਆਹ ਜਿੰਨਾ ਚਾਹ ਹੁੰਦਾ ਕਬੱਡੀ ਦਾ ਹੈ ਨਾ? ਹਾਂ ਕਾਲੂ ਦਾ ਸੁਣਦੇ ਹੀ ਰਹਿੰਦੇ ਆ, ਵੀ ਕਹਿੰਦੇ ਵੀ ਕਾਲੂ ਕਬੱਡੀ ਖੇਡਦਾ ਜਦੋਂ ਵੀ, ਇਹਨੂੰ ਇਹ ਨਹੀਂ ਹੁੰਦਾ ਵੀ ਜਿੱਤ ਹਾਰ ਦਾ, ਨਹੀਂ ਇਹਨੂੰ ਇਹ ਹੁੰਦਾ ਵੀ ਖੇਡਣ ਦਾ ਗਾ, ਖੇਡੋ ਬਸ, ਜ਼ੋਰ ਲਾਓ ਆਪਦਾ, ਜਿੱਤ ਹਾਰ ਤਾਂ ਇੱਕ ਨੇ ਹਾਰਨਾ ਹੀ, ਕੋਈ ਗੱਲ ਨਹੀਂ, ਐਕਸਰਸਾਈਜ਼ ਵਧੀਆ ਕਰੋ ਹੈ ਨਾ, ਆਪਦੀ ਮਿਹਨਤ ਕਰੋ, ਮਿਹਨਤ ਕਰੋ, ਹਾਂਜੀ ਦਿਖਾਓ, ਪ੍ਰਦਰਸ਼ਨ ਕਰੋ ਆਪਦਾ, ਠੀਕ ਹੈ। ਹਾਂਜੀ ਕਾਲੂ ਬਾਈ, ਅਕੈਡਮੀਆਂ ਦੇ ਮੈਚ ਜਾਂ ਪਿੰਡ ਪੱਧਰ ਦੇ ਮੈਚਾਂ ਦਾ ਕੋਈ ਲੱਗਦਾ ਫਰਕ ਤੁਹਾਨੂੰ?
ਸਾਰੇ ਵਧੀਆ ਕਬੱਡੀ ਨੂੰ ਬਹੁਤ ਪਿਆਰ ਕਰਦੇ ਆ ਦਰਸ਼ਕ, ਆਪਣਾ ਏਰੀਆ ਸਾਰਾ ਏਰੀਆ ਪੰਜਾਬ ਹੀ ਪਿਆਰ ਕਰਦਾ ਕਬੱਡੀ ਨੂੰ ਅਤੇ ਬਸ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਪਲੇਅਰਾਂ ਦੀ, ਇਹੀ ਦਰਸ਼ਕਾਂ ਨੂੰ ਕਹਿੰਦੇ ਹਾਂ। ਅਤੇ ਬਾਈ ਕਬੱਡੀ ਦੇ ਪਲੇਅਰ ਜਿਹੜੇ ਖੇਡ ਰਹੇ ਆ ਤੁਹਾਡੇ ਤੋਂ ਜੂਨੀਅਰ ਹੈ ਨਾ, ਉਹਨਾਂ ਨੂੰ ਕੋਈ ਸੁਨੇਹਾ? ਉਹਨਾਂ ਨੂੰ ਸੁਨੇਹਾ ਵੀ ਕਬੱਡੀ ਵੱਧ ਤੋਂ ਵੱਧ ਖੇਡੋ, ਜੇ ਕਬੱਡੀ ਖੇਡਣੀ ਆ ਕਬੱਡੀ ਵੱਧ ਤੋਂ ਵੱਧ ਪਿੰਡ ਖੇਡੋ, ਨਹੀਂ ਖੇਡ ਸਕਦੇ ਪਹਿਲਾਂ। ਮਤਲਬ ਕਿ ਆਪਦੀ ਮਿਹਨਤ ਲਾਓ ਕਬੱਡੀ ਦੀ, ਕਬੱਡੀ ਦੀ ਮਿਹਨਤ ਲਾਓ ਜ਼ਿਆਦੇ। ਠੀਕ ਹੈ। ਅਤੇ ਬਾਈ ਖੇਡ ਕਲੱਬਾਂ ਨੂੰ ਕੋਈ ਸੁਨੇਹਾ ਜਾਂ ਜਿਹੜੇ ਟੂਰਨਾਮੈਂਟ ਕਰਾਉਣ ਵਾਲੀਆਂ ਕਮੇਟੀਆਂ ਨੇ ਸਾਰੀਆਂ, ਉਹਨਾਂ ਨੂੰ? ਉਹਨਾਂ ਨੂੰ ਸੁਨੇਹਾ ਵੀ ਇਹੀ, ਸਾਰੇ ਪਲੇਅਰਾਂ ਨੂੰ ਇੱਕੋ ਜਿਹਾ ਸਮਝੋ। ਠੀਕ ਹੈ। ਨਵੇਂ ਪਲੇਅਰਾਂ ਨੂੰ ਵੀ ਥੋੜ੍ਹਾ ਜਿਹਾ ਉਤਸ਼ਾਹ ਕਰੋ, ਹੈ ਨਾ, ਵੀ ਉਹ ਵੀ ਨਵਾਂ ਉੱਠਣ, ਅਤੇ ਬਾਕੀ ਨਸ਼ਾ ਰਹਿਤ ਕਬੱਡੀ ਹੋਣੀ ਚਾਹੀਦੀ ਆ। ਠੀਕ ਹੈ। ਹਾਂਜੀ, ਇੱਕ ਤੁਸੀਂ ਦੱਸਿਆ ਨਾ ਵੀ ਸਾਰੇ ਪਲੇਅਰਾਂ ਨੂੰ ਇੱਕੋ ਜਿਹਾ ਸਮਝੋ। ਹਾਂਜੀ। ਅੱਜ ਕੱਲ੍ਹ ਇਹ ਹੋ ਰਿਹਾ ਬਾਈ, ਕਈ ਪਲੇਅਰਾਂ 'ਤੇ ਲੱਖਾਂ ਰੁਪਈਆ ਲੱਗਦਾ। ਹਾਂਜੀ। ਜਾਂ ਮੋਟਰਸਾਈਕਲ ਲੱਗਦੇ ਆ, ਉਹ ਪਹਿਲਾਂ ਹੀ ਤਕੜੇ ਹੁੰਦੇ ਹੈਗੇ। ਹਾਂਜੀ। ਇਹ ਨਵੇਂ ਪਲੇਅਰਾਂ 'ਤੇ ਲੱਗਣਾ ਚਾਹੀਦਾ ਤੁਹਾਨੂੰ ਕਿਵੇਂ? ਹਾਂ, ਲੱਗਣਾ ਚਾਹੀਦਾ ਉਹੀ ਨਵੇਂ ਪਲੇਅਰਾਂ ਨੂੰ, ਫੇਰ ਹੀ ਉਤਸ਼ਾਹ ਹੋਣਾ ਉਹਨਾਂ ਨੇ ਹੀ, ਨਵਿਆਂ ਨੇ ਉੱਠ ਕੇ ਤਕੜੇ ਹੋਣਾ। ਹਾਂ, ਨਵੇਂ ਨਾਮ ਬਣਨੇ ਆ ਉਹਨਾਂ ਦੇ ਵੀ। ਅਤੇ ਪਿੰਡਾਂ ਦੇ ਵਿੱਚੋਂ ਬਾਈ ਵਜਨੀ ਕਬੱਡੀ ਅੱਜ ਕੱਲ੍ਹ ਚੱਕੀ ਗਈ, ਦੇਖਿਆ ਜਾਵੇ ਲਗਭਗ 99% ਟੂਰਨਾਮੈਂਟਾਂ 'ਤੇ ਸਿੱਧੀ ਓਪਨ ਜਾਂ ਸਿਗਲੋ ਦੇ ਮੈਚ ਹੁੰਦੇ ਆ, ਅਤੇ ਕੋਈ ਵੀ ਟੂਰਨਾਮੈਂਟ ਦੇ ਲਗਭਗ 35-40 ਜਿੱਥੋਂ ਕਿ ਆਪਣੀ ਜੜ ਸ਼ੁਰੂ ਹੋਣੀ ਆ ਉਹ ਟੂਰਨਾਮੈਂਟ ਨਹੀਂ ਹੋ ਰਹੇ। ਹਾਂ, ਇਹਦਾ ਵੀਰੇ ਕਾਰਨ ਇੱਕ ਤਾਂ ਅਸੀਂ ਆ ਵੀ ਛੋਟੇ ਪਲੇਅਰ ਨਸ਼ੇ ਦੇ ਨਾਲ ਲੱਗ ਜਾਣ ਪਹਿਲਾਂ ਹੀ, ਫਿਰ ਉਹਨਾਂ ਨੇ 40 ਤੋਂ ਹੀ ਨਹੀਂ ਵਧਣਾ। ਠੀਕ ਹੈ। 50 ਵਾਲੇ ਨੇ 50 ਤੋਂ ਨਹੀਂ ਵਧਣਾ। ਠੀਕ ਹੈ। ਜੇ 70 'ਤੇ ਜਾ ਕੇ ਚਲੋ ਸਟਾਰਟਿੰਗ ਕਰਦੇ ਆ, ਹੈ ਤਾਂ ਵਧੀਆ। ਹਾਂ ਹਾਂ ਬਾਈ, ਹੁਣ ਤੁਸੀਂ ਵੀ ਦੇਖਿਆ ਕਈ ਮੁੰਡੇ 70 ਤੋਂ ਨਹੀਂ ਵੱਧ ਰਹੇ, ਵਧੀਆ ਰੇਡਰਸ ਤੋਂ ਉੱਪਰ ਆ, ਹੈ ਨਾ। ਹਾਂ ਹਾਂ। ਅਤੇ ਇਸ ਕਰਕੇ ਕਲੱਬਾਂ ਵਾਲੇ ਵੀ ਸਮਝਦਾਰ ਹੋ ਗਏ ਤਾਂ ਉਹਨਾਂ ਕੀ ਕਰਾਉਂਦੇ ਫਿਰ, ਹੈ ਨਾ। ਹਾਂਜੀ ਦੋਸਤੋ, ਕਾਲੂ ਰਸੂਰਪੁਰ ਨਾਲ ਗੱਲਬਾਤ ਕਿਵੇਂ ਲੱਗੀ ਜ਼ਰੂਰ ਦੱਸਿਓ। ਕੱਲ੍ਹ ਉਹਨੂੰ ਸੁਣਦੇ ਹੁੰਦੇ ਸੀ ਕਿ ਕਬੱਡੀ ਦਾ ਮਸਤ ਮੌਲਾ ਖਿਡੇਰੀ ਹੈ, ਪਰ ਅੱਜ ਦਿਖ ਵੀ ਲਿਆ ਬਾਈ ਨੂੰ ਮਿਲੇ ਹਾਂਗੇ। ਅਤੇ ਨਾਲ ਹੀ ਸਾਡਾ ਕਬੱਡੀ ਮਾਲਵੇ ਦੀ PB31 ਯੂਟਿਊਬ ਚੈਨਲ ਸਬਸਕ੍ਰਾਈਬ ਕਰਿਓ। ਧੰਨਵਾਦ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ।